ਹਾਂਜੀ ਕਿੱਦਾਂ ਸਾਰੇ? ਤੇ ਆ ਜਾਓ ਤੁਹਾਨੂੰ ਵਿਖਾਉਂਦੇ ਹਾਂ ਕੈਨੇਡਾ ਦੇ ਫਾਰਮ ਜਿੱਦਾਂ ਪਈ ਹੁੰਦਾ ਜੀ। ਫਾਰਮ ਵਰਕਰਾਂ ਦੇ ਵੀਜ਼ੇ ਬਿਨਾਂ ਆਇਲਟਸ ਤੋਂ ਬਿਨਾਂ ਪੜ੍ਹਾਈ ਤੋਂ ਲੱਗਦੇ ਆ ਇੰਡੀਆ ਤੋਂ। ਅਤੇ ਆਪਾਂ ਫਾਰਮ 'ਚ ਆਏ ਸੀ ਵੈਸੇ ਹੀ, ਅਤੇ ਮਤਲਬ ਜਿਹੜੇ ਕਹਿੰਦੇ ਹੁੰਦੇ ਭਾਅ ਜੀ ਸਾਤੋਂ ਆਇਲਟਸ ਨਹੀਂ ਹੋਣੀ, ਸਾਡੀ ਪੜ੍ਹਾਈ ਘੱਟ ਆ, ਇੱਦਾਂ ਉੱਦਾਂ, ਅਤੇ ਉਹਨਾਂ ਦੇ ਫਾਰਮ ਦੇ ਵੀਜ਼ੇ ਲੱਗਦੇ ਆ ਕੈਨੇਡਾ ਦੇ। ਫਾਰਮ ਵਰਕਰਾਂ ਦਾ ਕੰਮ ਇਹ ਹੁੰਦਾ ਜੀ, ਇਹ ਵਾਲੇ ਦਰੱਖਤ ਹੁੰਦੇ ਆ, ਇਹ ਕ੍ਰਿਸਮਿਸ 'ਤੇ ਵੀ ਕੰਮ ਆਉਂਦੇ ਆ, ਅਤੇ ਉੱਦਾਂ ਵੀ ਇੱਥੇ ਦੇ ਲੋਕਾਂ ਦੇ ਘਰਾਂ 'ਚ ਲੱਗੇ ਹੁੰਦੇ। ਫਾਰਮ ਵਰਕਰਾਂ ਦਾ ਇਹ ਕੰਮ ਹੁੰਦਾ, ਇਹ ਜਿਹੜੇ ਦਰੱਖਤ ਆ ਅਤੇ ਇਹਨਾਂ ਦੀ ਮਤਲਬ ਨਾ ਰੱਖ ਰਖਾਅ ਕਰਨਾ ਹੁੰਦਾ। ਅਸੀਂ ਫਾਰਮ 'ਚ ਆਏ ਹਾਂ ਜਿੱਥੇ ਮਤਲਬ ਨਾ ਵੀਜ਼ਾ ਲਵਾ ਕੇ ਬੰਦੇ ਆਉਂਦੇ ਆ ਇੰਡੀਆ ਤੋਂ ਘੱਟ ਪੜ੍ਹਾਈ 'ਚ ਅਤੇ ਬਿਨਾਂ ਆਇਲਟਸ ਤੋਂ, ਅਤੇ ਉਹ ਕਿੱਦਾਂ PR ਹੁੰਦੇ ਆ। ਜੇ ਕੋਈ ਇੰਡੀਆ ਤੋਂ ਫਾਰਮ ਵਰਕਰ ਆਉਣਾ ਚਾਹੁੰਦਾ ਆਪਣਾ ਨੰਬਰ ਪੋਸਟ ਕਰ ਦਿਓ ਅਤੇ ਅਸੀਂ ਵੇਖਾਂਗੇ ਤੁਹਾਡਾ, ਅਤੇ ਦਿਲ ਕੀਤਾ ਜਿਹਨੂੰ ਉਹਨੂੰ ਕਾਲ ਕਰਕੇ ਉਹਦਾ ਵੀਜ਼ਾ ਲਵਾ ਦਾਂਗੇ। ਅਤੇ ਆ ਜਾਓ ਤੁਹਾਨੂੰ ਫਾਰਮ ਦਿਖਾਉਂਦੇ ਹਾਂ ਕੈਨੇਡਾ ਦਾ। ਅਤੇ ਇਹ ਵਾਲੇ ਦਰੱਖਤਾਂ ਦਾ ਰੱਖ ਰਖਾਅ ਕਰਨਾ ਹੁੰਦਾ ਬਾਈ, ਅਤੇ ਫਾਰਮ ਵਰਕਰ ਇਸੇ ਕੰਮ ਲਈ ਆਉਂਦੇ ਆ, ਅਤੇ ਬਿਨਾਂ ਪੜ੍ਹਾਈ ਤੋਂ, ਬਿਨਾਂ ਕਾਸੇ ਤੋਂ, ਬਿਨਾਂ ਆਇਲਟ ਤੋਂ। ਅਤੇ ਤੁਹਾਨੂੰ ਸਾਰਾ ਦਿਖਾਉਂਦੇ ਹਾਂ ਜੀ, ਉਹ ਦੇਖੋ ਅਤੇ ਆ ਜਾਓ ਸ਼ੇਅਰ ਕਰ ਦਿਓ ਚਲਦੀ ਚਲਦੀ, ਸਾਰਿਆਂ ਨੂੰ ਪਤਾ ਲੱਗ ਸਕੇ ਕੈਨੇਡਾ ਦੇ ਫਾਰਮ ਵਰਕਰ ਜਿਹੜੇ ਆਉਂਦੇ ਆ ਉਹ ਕਰਦੇ ਕੀ ਆ, ਸਾਰਿਆਂ ਨੂੰ ਪਤਾ ਲੱਗ ਸਕੇ, ਅਤੇ ਕਰ ਦਿਓ ਸ਼ੇਅਰ ਚਲਦੀ ਚਲਦੀ। ਅਤੇ ਆ ਬਾਈ ਦੋ ਹੋਰ ਜਿਹਨਾਂ ਨਾਲ ਇੱਧਰ ਆਇਆ, ਇਹ ਕਿਹੜੇ ਦੇਸ਼ਾਂ ਤੋਂ ਆ, ਇਹਨਾਂ ਨਾਲ ਵੀ ਮਿਲਾਉਂਦੇ ਬਾਈ, ਆਪਾਂ ਆਲ ਵਰਲਡ ਤੋਂ ਬੰਦੇ ਮੰਗਾਈ ਦੇ ਆ। ਅਤੇ ਦੇਖੋ ਜੀ ਇਹ ਦਰੱਖਤ ਹੁੰਦੇ ਆ, ਹੈਂ ਏਜੰਟ ਹਿੰਦੀ 'ਚ ਸਵਾਲ, ਅਤੇ ਕਿੱਥੇ ਖੜਨਾ ਬਾਈ ਤੁਸੀਂ? ਆ ਜਾਓ ਪਹਿਲਾਂ ਤੁਹਾਡੀ ਇੰਟਰੋਡਕਸ਼ਨ। ਨਹੀਂ ਨਹੀਂ ਉਹ ਤਾਂ ਦਿਖਾ ਦਿੱਤਿਆ ਜੀ, ਆਹ ਦਰੱਖਤ ਆ ਅਤੇ ਇਹਨਾਂ ਦੀ ਵੀ ਦੇਖਭਾਲ, ਅਤੇ ਮਤਲਬ ਨਾ ਇਹ ਫਾਰਮ ਹੁੰਦੇ ਆ, ਅਤੇ ਇਹ ਬੂਟੇ, ਮੀਂਹ ਆਵੇ ਹਨੇਰੀ ਆਵੇ ਬਾਈ ਕੰਮ ਬਹੁਤ ਔਖੇ ਇੱਥੇ, ਨਹੀਂ ਕਹਿ ਦਈਏ ਕੈਨੇਡਾ ਦੇਖਣ ਨੂੰ ਬਹੁਤ ਸੋਹਣਾ, ਕੰਮ ਬਹੁਤ ਔਖੇ ਹੋਣਾ, ਮੀਂਹ ਚੱਲਦਾ ਪੂਰਾ, ਮੀਂਹ ਪੈਣ ਡਿਆ, ਮੀਂਹ 'ਚ ਵੀ ਤੁਹਾਨੂੰ ਇਹਨਾਂ ਨੂੰ ਬੂਟਿਆਂ ਨੂੰ ਪੱਟ ਪੱਟ ਕੇ ਮੋਢਿਆਂ 'ਤੇ ਚੱਕ ਚੱਕ ਕੇ ਭਰੀ, ਚੱਲ ਟਰੱਕ ਭਰਦੇ, ਟਰਾਲੀ ਭਰਦੇ ਨਾ, ਉਹ ਦੇਖੋ ਟਰੱਕ ਵੀ ਦਿਖਾਉਂਦੇ ਆ, ਅਤੇ ਤੁਹਾਡਾ ਵੀ ਵਿੱਚ ਪਹਿਲਾਂ ਆ ਜਾਓ ਬਿਨਾਂ ਮੀਂਹ ਤੋਂ ਖੜਦੇ। ਅਤੇ ਆ ਟਰੈਕਟਰ ਆ ਛੋਟੇ ਛੋਟੇ, ਇਹਨਾਂ ਨਾਲ ਸਪਰੇਅ ਕਰਨੀ, ਚਲਦੀ ਚਲਦੀ ਸ਼ੇਅਰ ਕਰ ਦਿਓ। ਜਿਹੜੇ ਕਹਿੰਦੇ ਰਹਿੰਦੇ ਭਾਅ ਜੀ ਅਸੀਂ ਘੱਟ ਪੜ੍ਹਿਓ ਲਿਖਿਓ ਸਾਡਾ ਵੀਜ਼ਾ ਲੱਗ ਜੂ, ਇੱਦਾਂ ਉਹਦਾ ਫਾਰਮ ਵਰਕਰ ਦਾ ਉਹਨਾਂ ਦਾ ਲੱਗਦਾ, ਕੋਈ ਸਟੱਡੀ ਨਹੀਂ ਚਾਹੀਦੀ, ਕੋਈ ਆਈਲੈਟਸ ਨਹੀਂ ਚਾਹੀਦੀ, ਚਲਦੀ ਚਲਦੀ ਸ਼ੇਅਰ ਕਰ ਦਿਓ, ਆਪਣੇ ਆਪਣੇ ਨੰਬਰ ਲਿਖੀ ਚੱਲਿਓ ਪੋਸਟ 'ਚ, ਅਤੇ ਮੈਂ ਜੀ ਕੀਤਾ ਜਿਹਨੂੰ ਅਤੇ ਉਹਨੂੰ ਕਾਲ ਕਰ ਦੂੰਗਾ। ਅਤੇ ਆ ਦੇਖੋ ਜੀ ਕਊ ਕਬੂਤਰ, ਟਰੈਕਟਰ ਦਾ ਨਾਂ ਕਬੂਤਰ, ਕਬੂਤਰ ਮਾਇੰਡ ਯੂਅਰ ਓਨ ਲੈਂਗੁਏਜ। ਅਤੇ ਬੰਦੇ ਆਏ ਆ ਬਾਈ, ਇਹ ਤਕੜੇ ਦੇਸ਼ਾਂ ਤੋਂ ਆਏ ਤਾਂ ਇਹ ਅੰਗਰੇਜ਼ੀ ਪਰਫੈਕਟ ਬੋਲਦੇ ਆ, ਅਤੇ ਕਰਾਉਂਦੇ ਆ ਦਰਸ਼ਨ। ਅਤੇ ਆ ਜਾਓ ਪਹਿਲਾਂ ਦਿਖਾ ਦਈਏ ਬੂਟੇ ਵਾਟੇ, 400 ਹੋ ਗਿਆ, ਜਦੋਂ 1000 ਹੋ ਗਿਆ ਬੰਦਿਆਂ ਦੇ ਦਰਸ਼ਨ ਕਰਾਊਂ। ਦੋ ਘੈਂਟ ਦੇਸ਼ਾਂ ਤੋਂ ਬੰਦੇ ਆਏ ਆ, ਅਤੇ ਆਹ ਦੇਖੋ ਜੀ ਇਹ ਫਾਰਮ ਦਾ ਕੰਮ ਆ, ਅਤੇ ਇਹ ਸ਼ਹਿਰ ਹੈਗਾ ਚਿੱਲਾਵੈਕ, ਅਤੇ ਸਰੀ 'ਚ ਤਾਂ ਜਿੱਦਾਂ ਸਾਰੇ ਉਹ ਹੀ ਹੁੰਦਾ। ਆ ਜਾਓ, ਓਹੋ ਕਿਣੀ ਪੈ ਗਏ, ਵੀਡੀਓ ਹੀ ਰੁਕ ਗਈ, ਸੋਰੀ। ਅਤੇ ਇੱਦਾਂ ਵਾਲੇ ਬੂਟੇ ਕਿੰਨਾ ਕੁ ਭਾਰਾ ਹੁੰਦਾ ਹੋਊ, ਆ ਜਾਓ ਮੜ ਜਾ ਇਹਨਾਂ ਦਾ ਇੰਟਰੋਡਕਸ਼ਨ ਕਰੀਏ ਬੂਟਿਆਂ ਦਾ। ਇਹ ਮੋਢਿਆਂ 'ਤੇ ਰੱਖ ਰੱਖ ਟਰੱਕ ਲੱਦਣੇ ਪੈਂਦੇ ਬਾਈ, ਇਹ ਬੂਟੇ ਬਹੁਤ ਭਾਰੇ, ਮੀਂਹ ਨਾ ਸਾਲੇ ਹੋਰ ਭਾਰੇ ਹੋ ਜਾਂਦੇ ਬਾਈ। ਕੈਨੇਡਾ ਹੈ ਬਹੁਤ ਸੋਹਣਾ, ਪੈਸਾ ਵੀ ਬਹੁਤ ਆ, ਪਰ ਕੰਮ ਇੱਥੇ ਤੌਬਾ ਤੌਬਾ ਹੀ ਆ। ਨਹੀਂ ਚੱਕ ਕੇ ਦੇਖੀਏ ਮੜ ਜਾ ਕਿੰਨਾ ਕੁ ਹੋਊਗਾ ਬਾਈ, ਲਾਈਟ ਹੀ ਲਾਓ। ਆਹ ਦੱਸੋ ਬਾਈ, ਦੱਸੋ ਦੇਖੀਏ ਤੁਹਾਡਾ ਆਈਡੀਆ, ਬੂਟਾ ਕਿੰਨੇ ਕਿਲੋ ਦਾ ਹੋਊਗਾ, ਸਾਰੇ ਕਮੈਂਟ ਕਰਿਓ। ਇੱਕ ਤਾਂ ਆਪਣੇ ਨੰਬਰ ਕਰਿਓ ਜਿਹਨੇ ਵੀਜ਼ਾ ਲਵਾਉਣਾ ਕੈਨੇਡਾ ਦਾ, ਅਤੇ ਕਮੈਂਟ ਕਰਨਾ ਹੀ ਨਹੀਂ, ਮੈਂ ਨਹੀਂ ਕਮੋਰੇ ਨਹੀਂ ਆਉਣਾ। ਅਤੇ ਕੋਈ ਨਹੀਂ, ਉਹ ਯਾਰ ਮੀਂਹ ਨਾ ਸਾਲਾ, ਮੀਂਹ ਨਾਲ ਫਿਨਿਸ਼ ਦਾ ਆਪਸ਼ਨ ਆਈ ਜਾਂਦਾ। ਅਤੇ ਬੂਟਾ ਕਿੰਨੇ ਕਿਲੋ ਦਾ ਹੋਊਗਾ, ਸਾਰੇ ਕਮੈਂਟ ਕਰਕੇ ਦੱਸ। ਮਾੜੇ ਚੱਕੀ ਬਾਈ, ਬੂਟਾ ਹੀ ਚੱਕਣਾ, ਫੇਸ ਤਾਂ ਬਾਅਦ 'ਚ ਦਿਖਾਉਂਦੇ ਹਾਂ, ਮਾੜੇ ਤੋਲ ਕੇ ਤਾਂ ਦੇਖ ਕਿੰਨੇ ਕੁ ਕਿਲੋ ਦਾ, ਅਤੇ ਦੱਸਿਓ ਕਿੰਨੇ ਕੁ ਕਿਲੋ ਦਾ ਹੋਊਗਾ, ਦੱਸ ਬਾਈ। ਇਹ ਭਾਅ ਜੀ ਕਿੰਨੇ ਕੁ ਕਿਲੋ ਦਾ ਹੋਊ, ਕਮੈਂਟ ਕਰਿਓ ਜਿਹਦਾ ਆਈਡੀਆ ਵਧੀਆ, ਮਤਲਬ ਐਨ ਪੂਰਾ ਹੋਇਆ ਉਹਦਾ, ਆਪਾਂ ਕਰ ਉਹਨੂੰ ਸਭ ਤੋਂ ਪਹਿਲਾਂ ਫੋਨ ਕਰਾਂਗੇ ਵੀਜ਼ੇ ਲਈ। ਕਿੰਨੇ ਕਿਲੋ ਦਾ? 60-70 ਯਾਰ ਨਹੀਂ, ਉਹ 60-70 ਕਿਲੋ ਦਾ, ਓਹੋ ਹੋ, ਇੱਦਾਂ ਦੇ ਸੈਂਕੜਿਆਂ ਦੇ ਹਿਸਾਬ ਨਾਲ ਬੂਟੇ ਪੱਟ ਪੱਟ ਕੇ ਟਰੱਕ ਲੱਦਣੇ ਪੈਂਦੇ ਆ, ਇੱਦਾਂ ਦੇ ਆਹ ਕੰਮ ਬਹੁਤ ਔਖੇ ਆ, ਪੈਸਾ ਪਰ ਵਾਧੂ ਆ ਕੈਨੇਡਾ 'ਚ। ਆ ਜਾਓ ਪਹਿਲਾਂ ਤੁਹਾਡੀ ਇੰਟਰੋਡਕਸ਼ਨ ਕਰਾ ਦਈਏ। ਅਤੇ ਆਹ ਬੰਦੇ ਆਪਾਂ ਦੋ ਗੁਆਂਢੀ ਦੇਸ਼ਾਂ ਤੋਂ ਸੱਦੇ ਆ, ਅਤੇ ਆ ਜਾਓ ICC RIC ਵਕੀਲ ਇੰਦਰਜੀਤ ਸਿੰਘ, ਅਤੇ ਇਹਨਾਂ ਨੇ ਆ ਜਾਓ ਆ ਜਾਓ ਯਾਰ, ਨਹੀਂ ਆਉਣਾ ਮੋਰੇ ਫਿਰ ਰਹਿਣ ਦਿੰਦੇ ਆ, ਨਖਰੇ ਕਰੀ ਜਾਂਦੇ ਕੁੜੀਆਂ ਕੋ ਯਾਰ। ਹਾਂ ਆ ਜਾਓ ਮੜ ਜਾ, ਬੈਕਗਰਾਊਂਡ ਵੀ ਵਧੀਆ ਹੋਵੇ, ਜੇ ਤਾਂ ਨਹੀਂ ਆਉਣਾ ਫਿਰ ਰਹਿਣ ਦਿੰਦੇ ਬਾਈ।
ਕਿ ਨਹੀਂ 700 ਬੰਦਾ ਹੋ ਗਿਆ ਅਤੇ ਆ ਜਾਓ ਪਹਿਲਾਂ ਬੰਦੇ ਮਿਲਾ ਦਈਏ ਜਿਹੜੇ ਆਪਾਂ ਸੱਦੇ ਆ। ਇਹ ਫਾਰਮ ਵਰਕਰ ਨੀਗੇ, ਆਪਾਂ ਨਹੀਂ ਸੱਦੇ ਭਰਾਵੋ, ਆਪਣੀ ਸਕਿੱਲਡ ਨਾ ਆਏ ਆ। ਇਹ ਬੰਦਾ ਆ ਭਾਈ ਪਹਿਲਾਂ ਤੇ ਤੋਂ, ਇਹ ਬੰਦਾ ਆ ਭਾਜੀ ਆਸਟ੍ਰੇਲੀਆ ਤੋਂ, ਐਕਸਪ੍ਰੈਸ ਐਂਟਰੀ ਪੀ ਆਰ ਡਾਇਰੈਕਟ। ਦੱਸੋ ਕਿਹੜੇ ਸ਼ਹਿਰ ਤੋਂ? ਸੱਚੇ ਨਿਊਜ਼ੀਲੈਂਡ ਤੋਂ। ਕਿਹੜੇ ਸ਼ਹਿਰ ਤੋਂ ਭਾਜੀ? ਤਰੰਗੇ ਤੋਂ। ਤਰੰਗੇ ਤੋਂ ਕਈਆਂ ਨੇ ਕਹਿਣਾ ਖਰ ਉਦੀ ਕਰਦਾ, ਉੱਥੇ ਦੇ ਬਾਰੇ ਹੋਰ ਦੱਸ ਦਿਓ, ਕਿਹੜਾ ਸ਼ਹਿਰ ਸੀ, ਗਲੀਆਂ ਗੁਲੀਆਂ? ਤਰੰਗਾ ਬਾਈ ਇੱਕੋ ਹੀ ਸ਼ਹਿਰ ਆ, ਉੱਥੇ ਛੋਟਾ ਜਿਹਾ ਵਧੀਆ ਵਾ ਨਿਊਜ਼ੀਲੈਂਡ 'ਚ। ਹਾਂ, ਤੇ ਹੋਰ ਕੁਛ ਉੱਥੇ ਬਾਰੇ? ਬਸ ਬਾਈ ਉੱਥੋਂ ਦੀਆਂ ਬੀਚਾਂ। ਹਾਂ, ਉੱਥੇ ਦੀਆਂ ਕੋਈ ਮਸ਼ਹੂਰ ਸ਼ੌਪ ਸ਼ੂਪ ਕੁਛ ਦੱਸ ਵੀ, ਯਕੀਨ ਹੋਵੇ ਤੂੰ ਉੱਥੋਂ ਹੀ ਆਇਆ। ਫਾਰਮ ਆ ਉੱਥੇ ਕੀਵੀ ਦੇ। ਹਾਂ, ਕੀਵੀ ਦੇ ਟਰੰਗੇ 'ਚ। ਟਰੰਗੇ 'ਚ ਕਿੱਡੀ ਕੁ ਦੂਰ ਆ ਔਕਲੈਂਡ ਤੋਂ? ਔਕਲੈਂਡ ਤੋਂ 2.5 ਘੰਟੇ ਦਾ ਰਸਤਾ ਬਾਈ ਕਾਰ। ਤੇ ਸਾਰੇ ਸਟੂਡੈਂਟ ਮੋਸਟ ਆਫ ਉੱਥੇ ਕੀਵੀ 'ਚ ਕੰਮ ਕਰਦੇ ਨੇ। ਅੱਛਾ, ਮੈਂ ਵੀ ਕੰਮ ਕੀਤਾ ਉੱਥੇ ਕੀਵੀ 'ਚ। ਅੱਛਾ, ਇਹ ਬੰਦਾ ਜੀ ਐਕਸਪ੍ਰੈਸ ਐਂਟਰੀ ਅਤੇ ਕਨੇਡਾ ਡਾਇਰੈਕਟ ਪੀ ਆਰ ਆਇਆ ਟਰੰਗੇ ਤੋਂ। ਆ ਜਾਓ ਭਾਜੀ ਤੁਸੀਂ, ਅਤੇ ਭਾਜੀ ਆਏ ਆ ਆਸਟ੍ਰੇਲੀਆ ਤੋਂ। ਹਾਂਜੀ, ਸੱਚ ਨਾ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਗੁਰਬੀਰ ਸਿੰਘ ਹੈ ਜੀ। ਹਾਂਜੀ, ਸਿਡਨੀ ਤੋਂ ਆਇਆ ਜੀ ਮੈਂ। ਮਾਂ ਜੀ ਵਧੀਆ, ਕਨੇਡਾ ਵਧੀਆ, ਬਹੁਤ ਸੋਹਣਾ ਆ ਕਨੇਡਾ। ਇਹਦੀ ਜੇ ਸਵਾਲ ਮਿਲ ਕੇ ਕਿੱਦਾਂ ਦਾ ਲੱਗਾ? ਬਾਈ ਹੁਣਾਂ ਨੂੰ ਮਿਲ ਕੇ ਬਹੁਤ ਵਧੀਆ ਲੱਗਾ, ਇੰਨੀ ਦੂਰੋਂ ਉੱਥੇ ਆਸਟ੍ਰੇਲੀਆ ਤੋਂ ਅਸੀਂ ਤੁਹਾਡੀਆਂ ਵੀਡੀਓ ਦੇਖੀ ਦੀਆਂ, ਲਾਈਕ ਕਰੀ ਦੀਆਂ, ਸ਼ੇਅਰ ਕਰੀ ਦੀਆਂ, ਸ਼ੇਅਰ ਕਰ ਕਰਕੇ ਕਨੇਡਾ ਦਾ ਵੀਜ਼ਾ ਲੱਗ। ਹਾਂ, ਕਈ ਕਈ ਨਹੀਂ ਨਹੀਂ ਮਜ਼ਾਕ ਦੀ ਗੱਲ ਨਹੀਂ, ਕਈ ਮੇਰਾ ਗੱਲ ਮਜ਼ਾਕ ਲੈ ਜਾਂਦੇ, ਜਦੋਂ ਮੈਂ ਕਹਿੰਦਾ ਹੁੰਦਾ ਵੀ ਨਾ ਜਿਹੜਾ ਸ਼ੇਅਰ ਕਰੂ ਉਹਦਾ ਵੀਜ਼ਾ ਲੱਗ ਜੂ, ਮੇਰੀ ਸੁਰਤ ਲੱਗੀ ਹੁੰਦੀ ਕਿਤੇ, ਮੈਂ ਹੈਗਾ ਫੱਕਰ ਬੰਦਾ ਬਈ, ਮਤਲਬ ਨਾ ਮੰਨਦਾ ਤਾਂ ਮੈਂ ਗੋਡ ਨੂੰ ਹੈ ਨਹੀਂ, ਪਰ ਫੱਕਰਾਂ ਦੀ ਸੁਰਤ ਪਤਾ ਨਹੀਂ, ਕਹਿੰਦੇ ਨਾ ਧੰਨੇ ਨੇ ਕਿੱਥੋਂ ਰੱਬ ਪਾ ਲਿਆ ਸੀ, ਬਈ ਮੇਰੀ ਸੁਰਤ ਉਦੋਂ ਲੱਗੀ ਉਹ ਹੁੰਦੀ ਜਦੋਂ ਮੈਂ ਲਾਈਵ ਹੁੰਦਾ, ਮੈਂ ਕਹਿੰਦਾ ਹੁੰਦਾ ਜਿਹੜਾ ਸ਼ੇਅਰ ਕਰੂ ਉਹਦਾ ਲੱਗ ਵੀ ਜਾਂਦਾ ਆ। ਆਹ ਭਾਜੀ ਤੁਹਾਡੇ ਸਾਹਮਣੇ ਪ੍ਰੂਫ ਆ, ਇਹਨੇ ਸ਼ੇਅਰ ਕੀਤੀ, ਪਰ ਸੱਚੇ ਯਕੀਨ ਆ, ਜਿੱਦਾਂ ਤੁਸੀਂ ਆਪਣੇ ਰੱਬ ਨੂੰ ਮੌਲਾ ਮੁਰਸ਼ਦ ਨੂੰ ਮੰਨਦੇ ਆ, ਸੱਚੇ ਦਿਲੋਂ ਮੰਨਦੇ ਆ ਨਾ, ਜੇ ਤੁਸੀਂ ਸੱਚੇ ਦਿਲੋਂ ਮੇਰੀ ਵੀਡੀਓ ਸ਼ੇਅਰ ਕਰੋਗੇ ਬਿਨਾਂ ਕੋਈ ਡਾਊਟ ਨੂੰ, ਜੇ ਤੁਹਾਡੇ ਦਿਲ 'ਚ ਡਾਊਟ ਆਵੋ, ਤੁਸੀਂ ਕੋਈ ਨਹੀਂ 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 ਯਾਰ ਸ਼ੱਕ ਨਹੀਂ ਕਰਨਾ ਇਹਦੀ ਸਵਾਲ 'ਤੇ, ਤੁਸੀਂ ਸ਼ੇਅਰ ਕਰ ਦਿਓ ਅੱਖਾਂ ਬੰਦ ਕਰਕੇ। ਉੱਥੇ ਹੁਣ ਵੀ ਬਹੁਤ ਸਿਡਨੀ ਤੋਂ ਬਾਈ ਆਪਣੇ ਦੇਖਦੇ ਹੋਣੇ ਆ ਵੀਡੀਓ ਸਾਰੇ, ਤੇ ਆਪਣੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਕਹਿ ਦਿਓ ਜਿਹੜੇ ਉੱਥੇ ਆ, ਨਾਂ ਲੈ ਕੇ ਕਹਿ ਦਿਓ ਸਪੈਸ਼ਲ, ਜੇ ਕਿਸੇ ਨੂੰ ਕਹਿਣਾ ਆਪਣਾ ਅਮਨਵੀਰ। ਹਾਂ, ਅਮਨਵੀਰ ਦੇਖਦਾ ਹੋਣਾ ਆ, ਹੋਰ ਬਾਈ ਟਰੱਕਾਂ ਵਾਲੇ ਆਪਣੇ ਬਾਈ ਸਾਰੇ ਨਾਲ ਦੇਖਦੇ ਹੁਣ ਵੀਡੀਓ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਸਿਡਨੀ ਗਲੀਆਂ ਗੁਲੀਆਂ, ਸਿਡਨੀ ਉਹਨਾਂ ਨੂੰ ਪਤਾ ਹੀ ਹੈ ਜੀ, ਪੈਰਾਮੀਟਾ ਦੇ ਲੱਗੇ ਆਪਾਂ, ਬਲੈਕ ਟਾਊਨ ਆਪਣਾ ਮਸ਼ਹੂਰ ਏਰੀਆ ਜੀ, ਪੈਂਡਲ ਹਿੱਲ ਸਾਰਿਆਂ ਨੂੰ ਪਤਾ ਹੈ ਜੀ, ਉੱਥੇ ਰਹਿੰਦੇ ਹਾਂ ਆਪਾਂ, ਸਤਿ ਸ਼੍ਰੀ ਅਕਾਲ ਹੈ ਜੀ, ਥੈਂਕ ਯੂ। ਤੇ ਆ ਜਾਓ ਤੁਹਾਨੂੰ ਹੋਰ ਵੀ ਦਿਖਾਉਂਦੇ ਹਾਂ, ਤੇ ਰੇਨਬੋ ਉਹ ਹੋ ਸਤਰੰਗੀ ਪੀਂਘ ਆ ਗਈ ਬਾਈ, ਜਿਹੜੀ ਸਤਰੰਗੀ ਪੀਂਘ ਵਿੱਚ ਰੰਗ 7 ਨਹੀਂ ਹੁੰਦੇ, ਵਿੱਚ ਰੰਗ ਕਈ ਹੁੰਦੇ ਆ, ਤੇ ਇੱਕ ਸੈਕਿੰਡ ਰੁਕ ਜਾਓ ਮੜ ਜਾ। ਬੰਦੇ ਹੁਣ ਹਾਲ ਤਾਂ ਚਲੋ ਨਹੀਂ ਮਾਰਨੀ, ਆਪਾਂ ਸਤਰੰਗੀ ਪੀਂਘ ਦਿਖਾਉਂਦੇ ਹਾਂ ਤੁਹਾਨੂੰ, ਅਤੇ ਬਾਕੀ ਟਰੱਕ ਟਰੈਕਟਰ ਦਿਖਾ ਦਿੰਦੇ ਹਾਂ, ਅਤੇ ਆ ਜਾਓ, ਅਤੇ ਬਾਕੀ ਜੁਗਾੜ ਦਿਖਾ ਦਿੰਦੇ ਤੁਹਾਨੂੰ ਫਾਰਮ ਦਾ, ਆ ਜਾਓ ਕਿੱਦਾਂ ਭਾਅ ਜੀ। ਅਤੇ ਆਹ ਜੰਤਰ ਜਿਹੜੇ ਬਾਕੀ ਆ, ਅਤੇ ਗਿੱਦੜ ਗਿੱਦੜੀ ਦਾ ਵਿਆਹ ਹੋਣ ਡਿਆ ਕਿਤੇ, ਤਰੰਗੀ ਪੀਂਘ ਪੈ ਗਈ ਆ, ਅਤੇ ਬਸ ਬੂਟੇ ਪੱਟੀ ਚਲੋ ਚੱਕੀ ਚਲੋ। ਅਤੇ ਬਾਈ ਦੇਖ ਲਓ ਨਿਊਜ਼ੀਲੈਂਡ ਤੋਂ ਭਰਾ ਆਇਆ, ਆਸਟ੍ਰੇਲੀਆ ਤੋਂ ਆਇਆ, ਮਤਲਬ ਉਹਨਾਂ ਦੀ ਆਪਣੀ ਸਕਿੱਲ ਸੀ, ਆਪਣੇ ਦਮ 'ਤੇ ਆਏ, ਪਰ ਕਿਸੇ ਨਾ ਕਿਸੇ ਤਰ੍ਹਾਂ ਮੈਂ ਇਨਵੋਲਵ ਸੀ ਵਿੱਚ, ਮਾੜਾ ਮੋਟਾ ਕਹਿ ਸਕਦੇ ਹਾਂ। ਅਤੇ ਬਾਕੀ ਇਹ ਹੁੰਦਾ ਜੀ ਬੂਟਿਆਂ ਨੂੰ ਪਾਉਣ ਲਈ, ਹੋਰ ਦਿਖਾ ਦਿੰਦੇ ਹਾਂ ਤੁਹਾਨੂੰ। ਅਤੇ ਬੱਸ ਲੇਬਰ ਵਾਲੀ ਬੱਸ ਹੁੰਦੀ ਆ ਇੱਦਾਂ ਦੀ, ਅਤੇ ਵੈਨ ਜਿਹ 'ਚ ਹੀਰੋ ਨਾਲ ਕਿਡਨੈਪ ਹੁੰਦੀਆਂ ਸੀ ਪੁਰਾਣੀਆਂ ਫਿਲਮਾਂ 'ਚ, ਅਤੇ ਵੈਨ ਆ ਜੀ, ਅਤੇ ਸ਼ਕਤੀ ਕਪੂਰ ਹੋਣੀ, ਰਣਜੀਤ ਹੋਣੀ ਜਿਹ 'ਚ ਹੀਰੋ, ਨਹੀਂ ਮੁੰਜੇ ਛੋੜ ਦਿਓ। ਅਤੇ ਵੈਨ ਦਿਖਾਉਂਦੇ ਹਾਂ, ਸ਼ੇਅਰ ਕਰ ਦਿਓ ਚੱਲਦੀ ਚੱਲਦੀ, ਦੇਖੋ ਜੀ ਵੈਨ ਦਾ ਰੰਗ ਬੜਾ ਵਧੀਆ ਸੰਤਰੀ, ਆਹ ਹਾਂ 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 ਫੀਲਿੰਗ ਇੰਡੀਆ ਵਾਲੀ ਆ, ਮੈਂ ਕਹ ਕਿਆ ਮੈਂ ਕਹਾ ਬਾਈ, ਹਾਂ ਇਹਨੂੰ ਕੀ ਕਹਿੰਦੇ ਤਵੀਆਂ ਕਿ ਫਲੇ ਯਾਰ, ਤਵੀਆਂ ਨਹੀਂ ਇਹਨੂੰ ਕਹਿੰਦੇ ਆ, ਇਹਨੂੰ ਕੀ ਕਹਿੰਦੇ ਆ ਯਾਰ, ਪਹਿਲਾਂ ਦੱਸੋ ਫੇਰ ਕਮੈਂਟ ਪੜ੍ਹਦਾ, ਇਹਨੂੰ ਬਾਈ ਕੀ ਕਹਿੰਦੇ ਆ, ਤਵੀਆਂ ਨਹੀਂ ਗੀ ਨਾ, ਅਤੇ ਇਹਨੂੰ ਤਲਵੰਡੀ ਭਾਈ ਦੀਆਂ ਬਣੀਆਂ, ਬੱਲੇ ਬੱਲੇ ਤਲਵੰਡੀ ਭਾਈ, ਬੱਲੇ ਬੱਲੇ ਇੰਡੀਆ ਦੀਆਂ ਤਵੀਆਂ ਆ ਗਈਆਂ, ਅਤੇ ਤੁਸੀਂ ਵੀ ਆਈ ਸਕਦੇ ਆ, ਤਵੀਆਂ ਨਹੀਂ ਯਾਰ, ਤਵੀਆਂ ਤਾਂ ਗੋਲ ਗੋਲ ਹੁੰਦੀਆਂ ਉਹ, ਐਕਚੁਲੀ ਅਸੀਂ ਆਪਣਾ 100-200 ਕਿੱਲਾ ਠੇਕੇ 'ਤੇ ਦਿੱਤਾ ਸੀ, ਸਾਨੂੰ ਪਤਾ ਨਹੀਂ ਇਹਨਾਂ ਨੂੰ ਕੀ ਕਹਿੰਦੇ ਆ, ਕਿੱਲਾ ਤਾਂ ਭਰਾਵੋ ਆਪਣਾ ਇੱਕੋ ਹੀ ਆ। ਦੇਖੋ ਜੀ ਜੌਨ ਡੀਅਰ ਪੁਰਾਣਾ, ਅਤੇ ਬਾਰਿਸ਼ ਹੋ ਰਹੀ, ਹਾਂਜੀ ਹਾਂਜੀ
ਸ਼ੇਅਰ ਕਰ ਦਿਓ ਜਲਦੀ ਜਲਦੀ ਵੀਡੀਓ। ਜੇ ਕਿਸੇ ਕੋਲ ਸਕਿੱਲ ਹੈ ਨਹੀਂ ਕੋਈ, ਪੜ੍ਹਿਆ ਲਿਖਿਆ ਘੱਟ ਆ, ਉਹਦਾ ਫਾਰਮ ਦਾ ਵੀਜ਼ਾ ਲੱਗ ਜੂ, ਕੋਈ ਚੱਕਰੀ ਨਹੀਂ। ਜੌਨ ਡੀਅਰ ਬਸ ਬੰਦਾ ਕੰਮ ਵਾਲਾ ਹੋਣਾ ਚਾਹੀਦਾ, ਕੰਮ ਤੋਂ ਨਹੀਂ ਭੱਜਣਾ ਚਾਹੀਦਾ। ਕੰਮ ਬੰਦਾ ਕਹੇ ਵੀ ਮੈਂ ਬੂਟੇ ਪੱਟ ਪੱਟ ਰੱਖੀ ਚਲੂੰ, ਇੱਦਾਂ ਦੇ ਬੰਦਿਆਂ ਦੀ ਲੋੜ ਆ। ਅਤੇ ਆਪਾਂ ਜਿਨ੍ਹਾਂ ਦੇ ਫਾਰਮ ਆ ਉਹਨਾਂ ਮਾਲਕਾਂ ਨਾਲ ਆਪਣੀ ਸਿੱਧੀ ਗੱਲਬਾਤ ਆ। ਅਤੇ ਨੋ ਆਈਲੈਟਸ, ਨੋ ਸਟੱਡੀ, 10ਵੀਂ ਪਾਸ, 5ਵੀਂ ਪਾਸ, ਕੋਈ ਚੱਕਰੀ ਨਹੀਂ। ਅਤੇ ਬਹੁਤ ਸੋਹਣਾ ਵਿਊ ਵੀ ਆ, ਪੀਂਕ ਪੈ ਗਈ ਆ, ਤੁਹਾਨੂੰ ਦਿਖਾਉਂਦੇ ਹਾਂ ਪੂਰੀ ਤਰ੍ਹਾਂ। ਹੁਣ ਜੇ ਫਾਰਮ ਦਿਖਾਉਣਾ ਤਾਂ ਚਲਦੀ ਚਲਦੀ ਸ਼ੇਅਰ ਕਰ ਦਿਓ ਬਾਈ, ਬਾਕੀਆਂ ਨੂੰ ਵੀ ਪਤਾ ਲੱਗ ਸਕੇ। ਜਿਹੜੇ ਘੱਟ ਪੜ੍ਹੇ ਹੋ ਲਿਖੇ ਹੋ ਆ ਕੈਨੇਡਾ ਆਉਣ ਦੇ ਚਾਹਵਾਨ, ਉਹਨਾਂ ਦਾ ਵੀਜ਼ਾ ਲੱਗ ਜੂ, ਤੁਹਾਡਾ ਕੀ ਜਾਊਗਾ ਨਹੀਂ। ਅਤੇ ਆ ਜਾਓ, ਅਤੇ ਹਲ ਹਲ ਇਸ ਨੂੰ ਪਲੋ ਆਖਦੇ ਆ, ਪਲੋ ਭਾਅ ਜੀ, ਪਲੋ ਕੀ ਪਲੋ, ਇਹਨੂੰ ਕੀ ਕਹਿੰਦੇ ਆ? ਚਲੋ ਉਹ ਤਾਂ ਸੌਖਾ ਜਿਹਾ ਹੀ ਸੀ, ਇਹਨੂੰ ਦੱਸੋ ਕੀ ਕਹਿੰਦੇ ਆ ਫਿਰ ਇਹਨੂੰ ਭਰਾਵੋ, ਪਤਾ ਨਹੀਂ ਕੀ ਕਹਿੰਦੇ ਆ, ਉਲਟਾਵੇ ਹਲ, ਕੋਈ ਪਲੋ ਕਹੀ ਜਾਂਦਾ, ਕੋਈ ਹਲ ਕਹੀ ਜਾਂਦਾ, ਪਤਾ ਨਹੀਂ ਭਰਾਵੋ, ਮੈਨੂੰ ਤਾਂ ਪਤਾ ਨਹੀਂ, ਐਵੇਂ ਕਹਿ ਦੇਵਾਂ। ਅਤੇ ਇੱਥੇ ਤਾਂ ਜੌਨ ਡੀਅਰ ਹੀ ਚੱਲਦੇ ਆ, ਕਿਉਂਕਿ ਕੰਮ ਇੱਥੇ ਧੱਕੇ ਦਾ ਹੀ ਹੁੰਦਾ ਆ, ਅਤੇ ਜੌਨ ਡੀਅਰ ਪਾਉਂਦਾ ਜਾਂਦਾ, ਧੱਕ ਪਾਉਂਦਾ ਜਾਂਦਾ, ਧੱਕ। ਤੇਰੇ ਕਹਿਣ ਨਾਲ ਕਿਵੇਂ ਵੀਜ਼ਾ ਲੱਗ ਜੂ ਯਾਰ ਜਦਵਿੰਦਰ ਸਿੰਘ, ਤੂੰ ਨਾ ਦੇ ਵੀਡੀਓ ਭਰਾਵਾ, ਤੂੰ ਚਿੱਲ ਕਰ, ਫਨ ਕਰ, ਕਿ ਨਹੀਂ ਜਿਹਦਾ ਲੱਗਣਾ ਉਹਨਾਂ 'ਤੇ ਬਾਈ ਲੱਗੀ ਜਾਂਦੇ ਆ। ਤੂੰ ਕਹਿੰਦਾ ਟੈਨਸ਼ਨ ਲਈ ਜਾਂਦਾ, ਮੈਂ ਕਿਹੜਾ ਕਹਿੰਦਾ ਮੇਰੇ ਅਕਾਊਂਟ 'ਚ ਇੰਨੇ ਲੱਖ ਪਾ ਦਿਓ ਚਲਦੀ ਚਲਦੀ ਵੀਡੀਓ 'ਚ ਅਤੇ ਤਾਂ ਲਵਾਊ। ਤੂੰ ਕਹਿੰਦਾ ਟੈਨਸ਼ਨ ਲੈਂਦਾ ਭਰਾਵਾ, ਤੂੰ ਨਾ ਲਵਾ, ਜੇ ਤੂੰ ਆ ਗਿਆ ਕੈਨੇਡਾ ਖੁਸ਼ ਰਹਿ, ਆਬਾਦ ਰਹਿ, ਸ਼ਨੀਵਾਰ ਮਨਾ, ਕਾਹਨੂੰ ਸਟਰੈਸ 'ਚ ਪਿਆ, ਕਿ ਨਹੀਂ ਵੀਜ਼ਾ ਜਿਹਨਾਂ ਦਾ ਲੱਗਣਾ ਬਾਈ ਉਹਨਾਂ ਨੂੰ ਪੁੱਛ। ਹਜੇ ਤਾਂ ਬੰਦੇ ਕੈਮਰੇ ਮੂਹਰੇ ਨਹੀਂ ਆਉਂਦੇ, ਜਿਹੜੇ ਹਿੰਦੀ ਦੀਆਂ ਵੀਡੀਓ ਦੇਖ ਦੇਖ ਕੇ ਕੈਨੇਡਾ ਆ ਗਏ ਆ। ਜੇ ਮੈਂ ਕੈਮਰੇ ਮੂਹਰੇ ਲਿਆਉਣ ਲੱਗਾ ਤੁਹਾਨੂੰ ਹਾਰਟ ਅਟੈਕ ਹੋ ਜਾਣਾ। ਹਾਰਟ ਅਟੈਕ ਅਤੇ ਕਾਰਡੀਅਕ ਅਰੈਸਟ ਦੋ ਚੀਜ਼ਾਂ ਹੁੰਦੀਆਂ ਆ। ਮੈਂ ਸਾਲ ਆਇਆ ਕਿੱਧਰੋਂ ਸੀਗਾ, ਚਲੋ ਜਿੱਧਰੋਂ ਵੀ ਆਇਆ ਸੀ, ਨਹੀਂ ਉੱਧਰੋਂ ਆਇਆ ਸੀ, ਇੱਕ ਮਿੰਟ, ਮੈਂ ਤਾਂ ਗੁਆਚ ਗਈ ਹੋਏ, ਇੱਕ ਮਿੰਟ ਯਾਰ, ਹੋਰ ਤੁਹਾਨੂੰ ਦਿਖਾਉਂਦੇ ਹਾਂ। ਅਤੇ ਮਤਲਬ ਨਾ ਆ ਜਾਓ, ਅੱਛਾ ਉੱਧਰੋਂ ਆਇਆ ਸੀਗਾ, ਸੋਰੀ, ਹੋਰ ਤੁਹਾਨੂੰ ਦਿਖਾਉਂਦੇ ਹਾਂ, ਰੋਟਾਵੇਟਰ, ਇਹ ਰੋਟਾਵੇਟਰ ਨਹੀਂ ਭਰਾਵਾ, ਕੁਛ ਹੋਰ ਸੀਗਾ, ਉੱਧਰੋਂ ਹੀ ਆਇਆ ਸੀ। ਚੱਲ ਯਾਰ ਕੋਈ ਨਹੀਂ, ਜਿੱਥੋਂ ਮਰਜ਼ੀ ਆਇਆ ਹੋਵੇ, ਜਾਣਾ ਤਾਂ ਉੱਧਰ ਨੂੰ ਹੀ ਆ। ਅਤੇ ਆ ਜਾਓ, ਬਾਕੀ ਦਿਖਾਉਂਦੇ ਹਾਂ ਤੁਹਾਨੂੰ, ਵੀਡੀਓ 'ਚ ਸ਼ੇਅਰ ਕਰ ਦਿਓ ਜਲਦੀ ਜਲਦੀ, ਘੱਟ ਪੜ੍ਹਿਆ ਲਿਖਿਆ ਲਈ ਕੈਨੇਡਾ ਆਉਣ ਦਾ ਸੁਨਹਿਰੀ ਮੌਕਾ, ਨੋ ਆਈਲੈਟਸ, ਨੋ ਨਥਿੰਗ, ਵੀਡੀਓ ਸ਼ੇਅਰ ਕਰੋ, ਆਪਣਾ ਨੰਬਰ ਲਿਖੋ, ਅਤੇ ਇੰਦਰਜੀਤ ਸਿੰਘ ਜੀ ਵਿਚਾਰ ਕਰਨਗੇ ਤੁਹਾਡੇ ਬਾਰੇ। ਬਾਈ ਸ਼ੁਗਲ ਮੇਲੇ ਕਰੀਦੇ ਆ, ਇਹਨੂੰ ਤਾਂ ਕਹਿੰਦੇ ਬੋਬ ਕੈਟ, ਬੰਦੇ ਮੈਂ ਛੱਡ ਕੇ ਨਾ ਚੱਲ ਜਾਣ ਚਲਦੀ ਚਲਦੀ ਵੀਡੀਓ 'ਚ, ਸ਼ਹਿਰ ਵੀ ਦੂਰ ਆ, ਚਲਾਵਾ ਇੱਕ, ਮੈਨੂੰ ਕੋਈ ਸਰੀ ਵਾਲਾ ਲੈ ਜਾਇਓ, ਨਹੀਂ ਛੱਡ ਕੇ ਤਾਂ ਨਹੀਂ ਜਾਂਦੇ। ਇਹਨੂੰ ਕਹਿੰਦੇ ਆ ਜੀ ਬੋਬ ਕੈਟ, ਇਹ ਜਦੋਂ ਲੜਾਈ ਲੜੂਈ ਹੁੰਦੀ ਫਿਰ ਇਹਦੀ ਲੋੜ ਪੈਂਦੀ ਹੈ, ਲੜਾਈ ਲੜੂਈ ਹੁੰਦੀ, ਹੁਣ ਜੇ ਕੈਨੇਡਾ ਦੀ ਲੜਾਈ ਹੋ ਜੂਵੇ ਕਿਤੇ, ਇਹਨੂੰ ਟੈਂਕਾਂ ਘੋਆ ਲੱਗੇ ਹੋ ਆ, ਅਤੇ ਜਿੱਦਾਂ ਵੀ ਗੋਲੇ ਛੱਡਦੀ ਆ, ਮਜ਼ਾਕ ਕਰਦਾ, ਇਹ ਪਾਉਣ ਲਈ ਰੱਖੀ ਉਹ ਖੁਰਾਕ। ਅਤੇ ਕਹਿੰਦੇ ਜੀ ਰੇਨਬੋ ਦਿਖਾਓ, ਰੇਨਬੋ ਜੀ ਇਹਨੂੰ ਸਤਰੰਗੀ ਪੀਂਗ ਕਹਿੰਦੇ ਆ, ਪਰ ਇਹ 'ਚ ਰੰਗ ਸੱਤ ਨਹੀਂ ਹੁੰਦੇ, ਸਾਡੀਆਂ ਅੱਖਾਂ ਨੂੰ ਸੱਤ ਰੰਗ ਹੀ ਦਿਸਦੇ ਆ, ਕਿਉਂਕਿ ਸਾਡੀਆਂ ਅੱਖਾਂ ਨੂੰ ਅਸਮਾਨ ਨੀਲਾ ਦਿਸਦਾ, ਅਸਮਾਨ ਨੀਲਾ ਨਹੀਂ ਹੁੰਦਾ, ਅਸਮਾਨ ਦਾ ਹੋਰ ਰੰਗ ਹੁੰਦਾ ਆ, ਪੀਂਗ ਦੇ ਸੱਤ ਰੰਗ ਨਹੀਂ ਹੁੰਦੇ, ਰੰਗ ਜ਼ਿਆਦਾ ਹੁੰਦੇ ਆ। ਕਾਸ਼ ਮੇਰੀ ਜ਼ਿੰਦਗੀ 'ਚ ਵੀ ਕੋਈ ਪੀਂਗ ਦਾ ਹੁਲਾਰਾ ਦੇਣ ਵਾਲੀ ਆ ਜਾਵੇ, ਗਹਿਰਾਂ ਨਾਲ ਪੀਂਗਾਂ ਝੂਟ ਦੀਏ, ਤੈਨੂੰ ਅਸੀਂ ਹੁਲਾਰਾ ਕਿਉਂ ਦਈਏ। ਦੇਖੋ ਜੀ ਪੀਂਗ ਦੇ ਦਰਸ਼ਨ ਕਰਾ ਦਿੱਤੇ ਤੁਹਾਨੂੰ, ਅਤੇ ਵੇਖੋ ਬਈ ਜਿਹਨੂੰ ਜਿਹਨੂੰ ਪੀਂਗ ਦਿਸੀ ਉਹ ਸ਼ੇਅਰ ਕਰੋ, ਸਭ ਇੱਛਾਵਾਂ ਪੂਰੀਆਂ ਹੋਣਗੀਆਂ। ਚੰਗੜ ਮੰਗੜ ਪਿੰਗੜ ਪਿੰਗੜ ਤੰਗੜ ਧਸੀਆ, ਲੈ ਵੀ ਮੰਤਰ ਮਾਰਤਾ, ਜਿਹੜਾ ਜਿਹੜਾ ਪੀਂਗ ਨੂੰ ਦੇਖ ਕੇ ਵੀਡੀਓ ਸ਼ੇਅਰ ਕਰੋ ਉਹਦੀ ਵਿਸ਼ ਪੂਰੀ ਹੋਊਗੀ, ਬਾਕੀਆਂ ਤਾਂ ਕਹਿ ਨਹੀਂ ਸਕਦੇ। ਅਤੇ ਇਹ ਵਾਲੇ ਉੱਪਰ ਟ੍ਰੀ ਉਹ ਤਾਂ ਛੋਟਾ ਜਿਹਾ ਸੀ ਓਏ, ਆਹ ਦੇਖੋ ਬਾਈ ਕੰਮ ਬਹੁਤ ਔਖੇ ਆ, ਬੰਦਾ ਪੜ੍ਹਿਆ ਲਿਖਿਆ ਭਾਵੇਂ ਘੱਟ ਹੋਵੇ ਪਰ ਬੰਦਾ ਕੰਮ ਵਾਲਾ ਚਾਹੀਦਾ। ਆਹ ਸਾਲਾ ਕਿੱਥੋਂ ਚੱਕ ਲੂੰ ਮੈਂ ਯਾਰ, ਆਹ ਦੇਖੋ ਇਹ ਹੱਥ ਨਾਲ ਚੱਕਣੇ ਪੈਂਦੇ ਬੰਦਿਆਂ ਨੂੰ, ਇਹ ਨਾ ਮਜ਼ਾਕ ਨਾ ਸਮਝਿਓ, ਆਹ ਮੀਂਹ ਨਾਲ ਤਾਂ ਹੋਰ ਭਾਰੇ ਹੋ ਜਾਂਦੇ, ਇਹ ਤਾਂ ਹਿੱਲਣਾ ਨਹੀਂ ਭਰਾਵਾ, ਮੋਢੇ 'ਤੇ ਚੱਕ ਕੇ ਕਿੱਥੇ ਨੂੰ ਲੈ ਜੂ ਬੰਦਾ ਯਾਰ। ਧੰਨ ਆ ਭਰਾਵੋ ਜਿਹੜਾ ਫਾਰਮਾਂ 'ਚ ਕੰਮ ਕਰਦੇ ਆ, ਆਪਣੇ ਤਾਂ ਹੱਥ ਖੜੇ ਆ ਬਾਈ, ਆਪਾਂ ਤਾਂ ਬੂਟੇ ਦੀ ਮਿੱਟੀ ਦੇਖ ਕੇ, ਮੇਰੇ ਵਰਗਾ ਤਾਂ ਕਈਆਂ ਮਾਰ ਕੇ ਪਹਿਲਾਂ ਸਾਰੀ ਮਿੱਟੀ ਲਾਊ, ਨਾਲੋਂ ਖਾਲੀ ਲੈ ਜਾਵਾਂਗੇ ਬਿਨਾਂ ਮਿੱਟੀ ਤੋਂ। ਦੇਖੋ ਬਾਈ ਦੇਖੋ, ਓਹੋ ਵੈਰੀ ਵੈਰੀ ਹੈਵੀ, ਥੱਕ ਗਿਆ ਲੱਗਦਾ, ਨਹੀਂ ਨਹੀਂ ਥੱਕਿਆ ਤਾਂ ਨਹੀਂ, ਕਿਉਂ ਬਾਈ, ਵਾਈ ਯੂ ਫੀਲ ਆਈ ਐਮ ਟਾਇਰਡ, ਆਈ ਐਮ ਨੋਟ ਟਾਇਰਡ ਬ੍ਰੋ, ਆਈ ਕੈਨ ਸਪੀਕ ਮੋਰ ਇੰਗਲਿਸ਼ ਇਫ ਯੂ ਵਾਂਟ, ਆਈ ਵਿਲ ਸ਼ੋ ਯੂ ਫਾਰਮ ਹਾਊਸ, ਲੈਟ ਮੀ ਬਿਗਿਨ, ਸੋ ਵਾਟ ਇਜ਼ ਦਿਸ, ਟੈਲ ਮੀ ਬ੍ਰੋ, ਇਹਨੂੰ ਕੀ ਕਹਿੰਦੇ ਆ ਬਾਈ, ਦੱਸੋ ਬਈ ਦੱਸੋ, ਦੇਖੀਏ ਜਿਹੜਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਸਹੀ ਸਹੀ ਦੱਸੂ ਉਹਦੇ ਬਾਰੇ ਵਿਚਾਰ ਕਰਾਂਗੇ, ਕਿਉਂਕਿ ਬੰਦੇ ਨੂੰ ਪਤਾ ਤਾਂ ਹੋਣਾ ਚਾਹੀਦਾ ਬਈ ਕਹਿੰਦੇ ਕੀ ਆ, ਤਾਂ ਹੀ ਤੁਹਾਡਾ ਵੀਜ਼ਾ ਲਵਾਵਾਂਗੇ ਕਿ ਨਹੀਂ।
ਤੇ ਨੰਬਰ ਆਪਣੇ ਆਪਣੇ ਲਿਖੀ ਚਲੋ ਇੰਡੀਆ ਵਾਲੇ, ਜਿਹੜੇ ਆਈਲੈਟ ਨਹੀਂ ਕਰ ਸਕਦੇ ਘੱਟ ਪੜ੍ਹੇ ਲਿਖਿਓ ਆ, ਉਹਨਾਂ ਲਈ ਸੁਨਹਿਰੀ ਮੌਕਾ। ਬਸ ਤੁਸੀਂ ਦਰਖਤ ਚੱਕਣੇ ਆ ਮੋਢਿਆਂ 'ਤੇ ਬਸ, ਅਤੇ ਆ ਜਾਓ ਹੋਰ ਦਿਖਾਉਂਦੇ ਹਾਂ ਬਾਈ ਕਿਸੇ ਦੇ ਫਾਰਮ ਹਾਊਸ 'ਚ, ਚਾਹੇ ਕੋਈ ਕੁੱਤਾ ਬਿੱਲਾ ਸੱਪ ਸੁੱਪ ਨਾ ਲੜ ਜਾਵੇ ਚਲਦੀ ਚਲਦੀ ਵੀਡੀਓ 'ਚ, ਮੈਂ ਤਾਂ ਸਾਰਾ ਡਰ ਲੱਗਣ ਲੱਗ ਪਿਆ। ਅਰੇ ਬਾਈ ਕੋਈ ਹੈ, ਅਰੇ ਕੋਈ ਹੈ। ਹਿੰਦੀ ਫਿਲਮਾਂ 'ਚ ਨਹੀਂ ਹੁੰਦਾ ਸੀ ਲਾਲਟੈਨ ਲਟਕਦੀ ਹੁੰਦੀ ਸੀ, ਅਰੇ ਕੋਈ ਹੈ, ਫਿਰ ਪਿੱਛੋਂ ਆਵਾਜ਼ ਆਉਂਦੀ ਖੜਾਕਾ ਹੁੰਦਾ ਮਾੜਾ ਜਿਹਾ ਇੱਦਾਂ, ਕੌਣ ਹੈ ਜਹਾਂ ਪਰ, ਸਾਹਮਣੇ ਆਓ ਕੌਣ ਹੈ, ਨਹੀਂ ਤਾਂ ਮੈਂ ਗੋਲੀ ਚਲਾ ਦੂੰਗੀ, ਸਾਹਮਣੇ ਆਓ ਨਹੀਂ ਤਾਂ ਮੈਂ ਗੋਲੀ ਚਲਾ ਦੂੰਗਾ। ਹੈ ਨਹੀਂ ਕੋਈ, ਆ ਜੀ ਟਿਓਟਾ ਦੀ ਆ, ਟਿਓਟਾ ਕੰਪਨੀ ਜਪਾਨ ਦੀ, ਮਾਲਕ ਦਾ ਨਾਂ ਸੀ ਟਿਓੜਾ, ਟਿਓੜਾ ਟੋੜਾ ਨਹੀਂ, ਅਤੇ ਆ ਜਾਓ ਗਾਂ। ਬਸ ਲਾਈਵ 'ਚ ਸ਼ੁਗਲ ਮੇਲਾ ਕਰ ਲਈਦਾ, ਐਕਟਿੰਗ ਕਰ ਲਈਦੀ ਸ਼ਾਇਦ ਸਾਨੂੰ ਕੋਈ ਮੂਵੀ, ਚਲੀਏ ਉਸਤਾਦ ਆ ਜਾਓ ਚਲੀਏ ਬਾਈ, ਅਤੇ ਚੱਲਦੀ ਚੱਲਦੀ ਵੀਡੀਓ ਹੋਰ ਕੁਝ ਵੀ ਤੁਹਾਨੂੰ ਦਿਖਾ ਦਿੰਦੇ ਹਾਂ। ਅਤੇ ਬਾਕੀ ਫਿਰ ਬਾਈ ਇਹ ਦਰਖਤ ਚੱਕਣੇ ਪੈਂਦੇ ਆ ਘੱਟ ਪੜ੍ਹਿਆਂ ਲਿਖਿਆਂ ਲਈ ਸੁਨਹਿਰੀ ਮੌਕਾ, ਜਿਹੜੇ ਆਈਲੈਟ ਨਹੀਂ ਕਰ ਸਕਦੇ ਘੱਟ ਪੜ੍ਹੇ ਲਿਖੇ, ਅਤੇ ਨੰਬਰ ਲਿਖੋ ਆਪਣਾ ਜਿਹਨੂੰ ਮੇਰਾ ਦਿਲ ਕਰੂਗਾ, ਅਤੇ ਉਹਨਾਂ ਨੂੰ ਫੋਨ ਕਰਾਂਗੇ। ਇਹ ਫਾਰਮ ਹਾਊਸ ਆ, ਉਹ ਦਰਖਤ ਲੱਗੇ, ਉਹ ਪੱਟ ਪੱਟ ਬਸ ਮੋਢਿਆਂ 'ਤੇ ਲਿਆਉਣੇ ਹੀ ਆ, ਅਤੇ ਹੋਰ ਕੁਛ ਜਾਂਦੇ ਜਾਂਦੇ ਦਿਖਾ ਦਿੰਦੇ ਹਾਂ। ਆ ਜਾਓ ਅਜੇ ਮੁੱਕਿਆ ਨਹੀਂ, ਅਤੇ ਨੰਬਰ ਲਿਖੀ ਚਲੋ, ਨੰਬਰ ਲਿਖੀ ਚਲੋ ਨਾਲੋ ਨਾਲ, ਅਤੇ ਸੱਚ ਨੰਬਰ ਜਿਹਨੇ ਜਿਹਨੇ ਲਿਖਣਾ, ਕਹਿੰਦੇ ਨਹੀਂ ਹੁੰਦੇ ਲੇਡੀ ਫਸਟ, ਅਤੇ ਲੇਡੀ ਨੂੰ ਪਹਿਲ ਦੇ ਆਧਾਰ 'ਤੇ ਕਾਲ ਕੀਤੀ ਜਾਊਗੀ। ਮਜ਼ਾਕ ਕਰਦਾ, ਕੋਈ ਕੁੜੀ ਕਾੜੀ ਨਾਲ ਨੰਬਰ ਲਿਖਿਓ, ਐਵੇਂ ਕੋਈ ਚੱਕ ਲੈਂਦੇ ਹੁੰਦੇ, ਨਾ ਮੈਨੂੰ ਲੋੜ ਆ ਬਾਈ ਕੁੜੀਆਂ ਦੇ ਨੰਬਰ ਦੀ, ਹੁਣ ਮੈਂ ਤਾਂ ਉਹ ਹੋ ਗਿਆ ਆ ਬ੍ਰਹਮਚਾਰੀ ਬਣ ਗਿਆ। ਅਤੇ ਆ ਜੀ ਇਹ ਚਲਾਉਣੀ ਪੈਂਦੀ ਆ, ਆ ਗਿਆ ਬਸ ਦੋ ਮਿੰਟ, ਇਹ ਕਿਸ਼ਤੀਆਂ 'ਚ ਫਿਰ ਜਦੋਂ ਸਮੁੰਦਰ 'ਚੋਂ ਦਰਖਤ ਪੱਟਣੇ ਪੈਂਦੇ ਕਿਸ਼ਤੀਆਂ 'ਚ ਲੇਬਰ ਲੈ ਜਾਂਦੇ ਆ, ਕਿਸ਼ਤੀਆਂ ਦੇਖ ਸਕਦੇ ਆ ਤੁਸੀਂ। ਅਤੇ ਬੰਦਾ ਮੈਂ ਬਾਹਲਾ ਹੀ ਫਨੀ ਆ, ਪਤਾ ਕੀ ਗੱਲ ਆ, ਵੀਡੀਓ 'ਚ ਰੋਮਾਂਚ ਜਿਹਾ ਵੀ ਬਣਾਈ ਰੱਖਣਾ ਚਾਹੀਦਾ, ਸੋ ਦੈਟਸ ਵਾਈ ਆਮ ਟਾਕਿੰਗ ਲਾਈਕ ਦਿਸ ਦਿਸ। ਸੋ ਇਹ ਵਾਲੇ ਦਰਖਤ ਆ, ਇਹ ਜੀ ਖੰਭੇ ਆ ਬਿਜਲੀ ਵਾਲੇ, ਇਹਨਾਂ 'ਚ ਕਰੰਟ ਬਹੁਤ ਆਉਂਦਾ ਆ, ਅਤੇ ਹੋਰ ਕੁਛ ਰਹਿਦਾ ਨਹੀਂ ਗਿਆ। ਚਲੀਏ ਬਾਈ, ਬੰਦੇ ਕਹਿੰਦੇ ਸਰੀ ਨੂੰ ਜਾਣਾ, ਸਰ ਇਜ਼ ਟੂ ਮਚ ਫਾਰ ਅਵੇ ਫਰੋਮ ਛਲਾਵੈਕ, ਸੋ ਵੀ ਹੈਵ ਟੂ ਗੋ ਟੂ ਸਰੀ ਐਂਡ ਇਟ ਵਿਲ ਟੇਕ ਮੋਰ ਦੈਨ 1 ਆਵਰ, ਸੋ ਵੀ ਵਿਲ ਬੀ ਲੇਟ ਅਦਰਵਾਈਜ਼, ਸੋ ਆਈ ਹੈਵ ਟੂ ਗੋ ਗਾਈਸ, ਸੋ ਜਸਟ ਕੀਪ ਇਟ ਲੋਕਡ। ਅਤੇ ਬੰਦੇ ਤਾਂ ਗੱਡੀ 'ਚ ਬਹਿ ਗਿਆ ਲੱਗਦਾ, ਇੱਕ ਕਮਰਾ ਰਹਿ ਗਿਆ ਤੂੜੀ ਵਾਲਾ, ਇਹ ਵੀ ਦਿਖਾਈ ਦਿੰਦੇ ਹਾਂ। ਬਸ ਦੋ ਮਿੰਟ, ਕਾਲੀ ਤਾਂ ਨਹੀਂ, ਦੋ ਮਿੰਟ ਬਸ, ਹੁਣ ਜੇ ਲੱਗੇ ਹੋ ਤਾਂ ਚੱਜ ਨਾਲ ਦਿਖਾਈਏ। ਤੇਲ ਡੁੱਲਿਆ ਕਾਲਾ, ਬੋਰੀਆਂ ਆਹਾ, ਬੋਰੀਆਂ 'ਚੋਂ ਮਹਿਕ ਜਿਹੜੀ ਹੁੰਦੀ ਨਾ, ਓਏ ਹੋਏ ਹੋਏ ਹੋਏ, ਆਹਾ ਪੂਰੀ ਪਿੰਡ ਵਾਲੀ ਫੀਲਿੰਗ ਆ ਗਈ ਆ ਤਾਂ। ਪਾਂਸਟੇ ਦੀ ਦਾਣਾ ਮੰਡੀ ਜਦੋਂ ਨਰੂੜ ਤੋਂ ਲੈ ਕੇ ਜਾਂਦਾ ਸੀ ਆਪਣੀ ਕਣਕ, ਹੈਂ ਓਏ ਹੋਏ ਹੋਏ, ਆਹ ਤਾਂ ਬਾਈ ਉਹੀ ਫੀਲਿੰਗ ਆ ਗਈ। ਆ ਗਿਆ ਬਸ ਫਿਨਿਸ਼ ਫਿਨਿਸ਼, ਇੱਥੇ ਕਿਹੜਾ ਰੋ ਰੋ ਜਾਣਾ, ਮੈਂ ਕਿਹਾ ਬਣਾ ਲਈਏ। ਅਤੇ ਬਾਕੀ ਉਹ ਫਿਰ ਉਹੀ ਗੱਲ, ਜਿਹੜੇ ਘੱਟ ਪੜ੍ਹਿਓ ਲਿਖਿਓ ਆਈਲੈਟ ਨਹੀਂ ਕਰ ਸਕਦੇ, ਘੱਟ ਕਲਾਸਾਂ ਪਾਸ ਆ, ਸਪਰੇਅ ਵਾਲੀ ਟੈਂਕੀ ਚਲਾਉਣ ਲਈ ਬੰਦੇ ਚਾਹੀਦੇ, ਆਪਣਾ ਆਪਣਾ ਨੰਬਰ ਲਿਖ ਦਿਓ ਅਤੇ ਕਾਲ ਕਰਾਂਗੇ ਕਿ ਨਹੀਂ। ਜਿਹੜੇ ਆਈਲੈਟ ਨਹੀਂ ਕਰ ਸਕਦੇ ਘੱਟ ਪੜ੍ਹਿਓ ਲਿਖਿਓ, ਸਪਰੇਅ ਕਰਨ ਲਈ ਬੰਦੇ ਚਾਹੀਦੇ ਆ। ਚੱਲ ਚੱਲੀਏ ਭਰਾਵਾ, ਅਤੇ ਆਪਣਾ ਆਪਣਾ ਨੰਬਰ ਲਿਖ ਦਿਓ, ਵੀਡੀਓ ਮੈਂ ਖਤਮ ਕਰਨ ਲੱਗਾ, ਜਿਹਦੇ 'ਤੇ ਮੇਰੀ ਉਹ ਦਿਲ ਕਰ ਗਿਆ ਨੰਬਰ 'ਤੇ, ਅਤੇ ਹੋਰ ਕੁਛ ਜਾਂਦੇ ਜਾਂਦੇ ਆ ਮਾਰੀ ਰਿਐਕਸ਼ਨ ਜਿਹਾ ਇਲੂਮਨਾਤੀ ਵਾਲਾ ਮਾਰੀ, ਮਾਰਦੇ ਇਹ ਭਾਜੀ ਆ ਨਿਊਜ਼ੀਲੈਂਡ ਤੋਂ, ਪੀ ਆਰ ਐਕਸਪ੍ਰੈਸ ਸੈਂਟਰੀ, ਇਹ ਆ ਭਾਜੀ ਆ ਆਸਟ੍ਰੇਲੀਆ ਤੋਂ, ਹੋਰ ਕਿਸੇ ਦਰਸ਼ਨ ਤਾਂ ਨਹੀਂ ਕਰਾਉਣੇ, ਪੁੱਛ ਲਾ ਆਪਣਾ ਅੰਦਰ ਚਲੇ ਗਿਆ ਜਿਹੜਾ ਆਇਆ ਸੀ। ਓਕੇ ਜੀ, ਉਹ ਦਿਖਾਈਆਂ ਵੀ ਸਮੁੰਦਰ 'ਚ ਜਦੋਂ ਬੂਟੇ ਪੱਟਣੇ ਹੁੰਦੇ ਆ, ਸੱਚੀ ਸੁਣ ਲਈ ਵੀਡੀਓ ਲੈ ਹੱਸਦਾ ਭਰਾਵਾ, ਡੈਨਮਾਰਕ ਤੋਂ ਮੇਰੀ ਗੱਲ ਸੁਣ, ਲੋਕਾਂ ਨੇ ਆਉਣਾ ਨੀ, ਇੰਗਲੈਂਡ ਤੋਂ ਟ੍ਰੇਨ ਜਾਂਦੀ ਜਿਹੜੀ ਯੂਰਪ, ਉੱਥੇ ਨੂੰ ਯੂਰਪ ਨੂੰ ਸਮੁੰਦਰ ਵਿੱਚ ਹੀ ਜਾਂਦੀ, ਦੇਖੀ ਕਦੀ ਬੱਸ, ਫਿਰ ਬੱਸ ਫਿਰ
ਡੈਨਮਾਰਕ ਤੋਂ ਸਵੀਡਨ ਨੂੰ ਇੱਕ ਪੁਲ ਜਾਂਦਾ ਡੈਨਮਾਰਕ ਸਵੀਡਨ ਬ੍ਰਿਜ, ਗੂਗਲ ਕਰ ਲਿਓ ਯਾਰ, ਤੁਸੀਂ ਹੱਸਦੇ ਹੋ, ਸਮੁੰਦਰ 'ਚ ਵੀ ਦਰਖਤ ਹੁੰਦੇ ਆ, ਹੱਦ ਆ, ਕਿੱਥੋਂ ਅਨਪੜ੍ਹ ਲੋਕ ਆ ਗਏ ਯਾਰ, ਲੋਕਾਂ ਨੂੰ ਤਾਂ ਨਾ ਡਰਾ, ਨਹੀਂ ਨਹੀਂ ਉਹਨਾਂ ਨੇ ਆਉਣਾ ਨਹੀਂ, ਉਹ ਸਮੁੰਦਰ ਉਹ ਸਾਰਾ ਕੁਛ ਨਹੀਂ ਰੱਖਿਆ ਆ, ਰੇਨਬੋ ਕਿੱਧਰ ਆ, ਇੱਧਰ ਸੀਗੀ, ਚੱਲ ਗਈ ਆ, ਚੱਲ ਗਈ, ਸਾਡੀ ਦਾ ਭਰਾਵਾ ਪਤੰਗ ਬੋ ਹੁੰਦੀ ਸੀ। ਓਕੇ ਲੱਗਿਆ ਜੀ ਖਤਮ ਕਰਨ, ਤੇ ਜਾਂਦੇ ਜਾਂਦੇ ਫਾਰਮ ਹਾਊਸ 'ਚ ਬੰਦਿਆਂ ਦੀ ਬਹੁਤ ਲੋੜ ਆ, ਘੱਟ ਪੜ੍ਹਿਓ ਲਿਖੇ ਆਈਲੈਟਸ ਨਹੀਂ ਕਰ ਸਕਦੇ, ਆਪਣਾ ਆਪਣਾ ਨੰਬਰ ਲਿਖੋ, ਵੀਡੀਓ ਸ਼ੇਅਰ ਕਰੋ, ਪਰ ਨੰਬਰ ਲਿਖਣ ਦੇ ਨਾਲ ਨਾਲ ਵੀਡੀਓ 2-5 ਜਿਹਨੇ ਵੱਧ ਜਗ੍ਹਾ ਸ਼ੇਅਰ ਕੀਤੀ ਉਹਨੂੰ ਕਾਲ ਕਰੂੰ, ਪੱਕਾ ਕਰੂੰਗਾ ਬਾਈ। ਓਕੇ ਜੀ, ਮੈਂ ਦੇਖ ਲੈਣਾ, ਮੈਨੂੰ ਸਕਰੀਨਸ਼ੋਟ ਭੇਜਿਓ ਤੁਸੀਂ ਕਿੰਨੀ ਜਗ੍ਹਾ ਵੀਡੀਓ ਸ਼ੇਅਰ ਕੀਤੀ ਆ। ਜਾਂਦੇ ਜਾਂਦੇ ਫਾਰਮ ਹਾਊਸ 'ਚ ਬਹੁਤ ਜ਼ਿਆਦਾ ਵਰਕਰਾਂ ਦੀ ਲੋੜ ਆ, ਸ਼ੋਰਟੇਜ ਆ, ਵੀਡੀਓ ਜਿਹੜਾ ਜ਼ਿਆਦਾ ਗਰੁੱਪਾਂ 'ਚ ਸ਼ੇਅਰ ਕਰੂੰ ਸਕਰੀਨਸ਼ੋਟ ਭੇਜਿਓ, ਅਤੇ ਆਪਣਾ ਨੰਬਰ ਲਿਖਿਓ, ਮੈਂ ਕਾਲ ਕਰੂੰ। ਕੋਈ ਆਈਲੈਟ ਦੀ ਲੋੜ ਨਹੀਂ ਗੀ, ਕੋਈ ਪੜ੍ਹਾਈ ਦੀ ਲੋੜ ਨਹੀਂ, ਕਿਸੇ ਐਕਸਪੀਰੀਅੰਸ ਦੀ ਵੀ ਨਹੀਂ ਲੋੜ, ਤੁਸੀਂ ਬਸ ਢੋਲੀਆਂ ਇੱਦਾਂ ਰੱਖ ਕੇ ਮੋਢਿਆਂ 'ਤੇ ਸਪਰੇਅ ਕਰਨੀ ਆ ਅਤੇ ਦਰਖਤ ਚੱਕਣੇ ਆ, ਅਤੇ ਹੱਸਦੇ ਰਹੋ, ਵੱਸਦੇ ਰਹੋ, ਸ਼ੇਅਰ ਕਰ ਦਿਓ, INDIJSWAL, ਅਦਿਓਸ।